ਰਾਰੀ ਕੇ ਉਹਨੂੰ ਸਰੈਂਡਰ ਕਰਵਾਇਆ ਗਿਆ ਹੈ ਸਰ ਕੀ ਹੈ ਪੂਰਾ ਮਸਲਾ ਕਿੰਨੇ ਵਜੇ ਭਾਈ ਸਾਹਿਬ ਆਏ ਸੀ ਇੱਥੇ ਤੇ ਕਿੰਨੇ ਵਜੇ ਸਰੈਂਡਰ ਜਿਹੜਾ ਕੀਤਾ ਗਿਆ ਉਹਨਾਂ ਨੂੰ ਰਾਤ ਲੇਟ ਉਹ ਇੱਥੇ ਆਏ ਆ ਰੋਡੇ ਪਿੰਡ 'ਚ ਤੇ ਮੈਨੂੰ ਵੀ ਪੁਲਿਸ ਤੋਂ ਪਤਾ ਲੱਗਾ ਕਿ ਉਹ ਅੱਜ ਰੋਡੇ ਪਿੰਡ ਤੋਂ ਗ੍ਰਿਫਤਾਰੀ ਦੇ ਰਹੇ ਆ ਮੈਂ ਵੀ ਤਕਰੀਬਨ ਉਹਨਾਂ ਤੋਂ ਗ੍ਰਿਫਤਾਰੀ ਤੋਂ ਥੋੜ੍ਹਾ ਚਿਰ ਪਹਿਲਾਂ ਹੀ ਇੱਥੇ ਮੈਂ ਪਹੁੰਚਿਆ ਤਾਂ ਮੈਂ ਉਹਨਾਂ ਨੂੰ ਗ੍ਰਿਫਤਾਰੀ ਤੋਂ ਪਹਿਲਾਂ ਮਿਲਿਆ ਮਿਲ ਕੇ ਸਾਰੀ ਗੱਲਬਾਤ ਵੀ ਕੀਤੀ ਉਹਨਾਂ ਦੱਸਿਆ ਉਹਨਾਂ ਖੁਦ ਹੀ ਕਹਿ ਦਿੱਤਾ ਕਿ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਸੰਗਤ ਨੂੰ ਸੰਬੋਧਨ ਕਰੂੰਗਾ ਉਹਦੇ ਵਿੱਚ ਮੈਂ ਖੁਦ ਹੀ ਆਪਣੇ ਹਾਲਾਤ ਦੱਸ ਦੂੰਗਾ ਕਿ ਮੈਂ ਗ੍ਰਿਫਤਾਰੀ ਆਪਣੀ ਮਰਜ਼ੀ ਨਾਲ ਦੇ ਰਿਹਾ ਹੁਣ ਤੱਕ ਗ੍ਰਿਫਤਾਰੀ ਨਾ ਦੇਣ ਦੇ ਵਿੱਚ ਕੀ ਕਾਰਨ ਸੀ ਇਹ ਮੈਂ ਖੁਦ ਹੀ ਦੱਸ ਦਾਂਗਾ ਉਹਨਾਂ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਪੰਜ ਪਾਠ ਚੌਕੀ ਸਾਹਿਬ ਦੇ ਕੀਤੇ ਉਹਦੇ ਤੋਂ ਪਹਿਲਾਂ ਆਪਣੀ ਕਿੱਟ ਤਿਆਰ ਕੀਤੀ ਚੋਲੇ ਪਾਏ ਪਰਨੇ ਪਾਏ ਕੰਘੇ ਦੋ ਲਏ ਚੱਪਲਾਂ ਲਈਆਂ ਚੋਲੇ ਪਾਏ ਸੋ ਇਹ ਸਾਰਾ ਤਿਆਰੀ ਕਰਕੇ ਫਿਰ ਉਹ ਗੁਰਦੁਆਰਾ ਸਾਹਿਬ ਗਏ ਫਿਰ ਉਹਨਾਂ ਨੇ ਮੱਥਾ ਟੇਕਣ ਤੋਂ ਬਾਅਦ ਸੰਗਤਾਂ ਨੂੰ ਸੰਬੋਧਨ ਕੀਤਾ ਬਰੀਫ ਜਿਹਾ ਉਹਨੇ ਦੱਸਿਆ ਕਿ ਇਸ ਤਰ੍ਹਾਂ ਕਰਕੇ ਆਹ ਕਾਰਨ ਸੀ ਜਿਹਨਾਂ ਕਰਕੇ ਮੈਂ ਗ੍ਰਿਫਤਾਰੀ ਦੇਣ ਦੇ ਵਿੱਚ ਲੇਟ ਰਿਹਾ ਨਾਲ ਉਹਨਾਂ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਹੁਣ ਤੱਕ ਮੈਨੂੰ ਸਾਂਭਿਆ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਜਿਨ੍ਹਾਂ ਨੇ ਪਾਠ ਕਰਾਏ ਚੌਵੀ ਸਾਹਿਬ ਦੇ ਜਪਜੀ ਸਾਹਿਬ ਦੇ ਪਾਠ ਕੀਤੇ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਸੰਗਤਾਂ ਨੇ ਉਹਨੂੰ ਠਹਿਰਾਂ ਦਿੱਤੀਆਂ ਉਹ ਸਾਰਿਆਂ ਦਾ ਧੰਨਵਾਦ ਕਰਨ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਜਾ ਕੇ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਜਿਹਦੀਆਂ ਤਸਵੀਰਾਂ ਵੀ ਹੈਗੀਆਂ ਕੁਝ ਫੇਕ ਦੇ ਚੈਨਲ ਬੜਾ ਸ਼ੋਰ ਮਚਾ ਰਹੇ ਆ ਜੀ ਉਹਨਾਂ ਨੂੰ ਇਸ ਤਰ੍ਹਾਂ ਨੱਪ ਲਿਆ ਗਿਆ ਉਸ ਨੂੰ ਮਜਬੂਰ ਕਰ ਦਿੱਤਾ ਗਿਆ ਐਸੀ ਕੋਈ ਗੱਲ ਨਹੀਂ ਸੀ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਗ੍ਰਿਫਤਾਰੀ ਦਿੱਤੀ ਹੈ ਸੋ ਇਸ ਉਹਦੀ ਵੀਡੀਓ ਵੀ ਤੁਹਾਨੂੰ ਕਲੀਅਰ ਕਰ ਦੂੰਗੀ ਜੇ ਉਹਨੂੰ ਪਹਿਲਾਂ ਹੀ ਫੜਿਆ ਹੁੰਦਾ ਕਿ ਪੁਲਿਸ ਉਹਨੂੰ ਦੁਬਾਰਾ ਸੰਗਤ ਦੇ ਵਿੱਚ ਆ ਕੇ ਸੰਬੋਧਨ ਕਰਨ ਦਿੰਦੀ ਇਸ ਦੀਆਂ ਝੂਠੀਆਂ ਖਬਰਾਂ ਨਹੀਂ ਹਾਂ ਪੁਲਿਸ ਨੇ ਆਪਣਾ ਵਰਸਾ ਰੱਖਣਾ ਕਿ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ ਅਸਲੀ ਇਹ ਤੈਅ ਕਿ ਉਹਨੇ ਆਪਣੀ ਮਰਜ਼ੀ ਦੇ ਨਾਲ ਗ੍ਰਿਫਤਾਰੀ ਦਿੱਤੀ ਹੈ ਕਿੰਨੇ ਕੁ ਵਜੇ ਦੀ ਗੱਲ ਹੈ ਬਾਈ ਜੀ ਇਹ ਠੀਕ 7 ਵਜੇ ਉਹਨਾਂ ਨੇ ਗ੍ਰਿਫਤਾਰੀ ਦੇਤੀ ਸੀ ਕਿਹੜੇ ਗੁਰਦੁਆਰਾ ਸਾਹਿਬ 'ਚ ਜਿੱਥੇ ਗੁਰਦੁਆਰਾ ਸੰਤ ਖਾਲਸਾ ਜਿਹੜਾ ਕਿ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲਿਆਂ ਦਾ ਜਨਮ ਸਥਾਨ ਹੈ ਇਸ ਸਥਾਨ ਤੋਂ ਉਹਨਾਂ ਨੇ ਆ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ ਗ੍ਰਿਫਤਾਰੀ ਦਿੱਤੀ ਹੈ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਬਾਈ ਜੀ ਪਹਿਲਾਂ ਉਹਨਾਂ ਨੇ ਕੀਤਾ ਹੋਣਾ ਮੈਨੂੰ ਪੁਲਿਸ ਤੋਂ ਪਤਾ ਲੱਗਾ ਕਿ ਉਹਨਾਂ ਨੇ ਤੁਹਾਡੇ ਪਿੰਡ ਤੋਂ ਅੱਜ ਗ੍ਰਿਫਤਾਰੀ ਦੇਣੀ ਹੈ ਮੈਨੂੰ ਬਹੁਤ ਲੇਟ ਪਤਾ ਲੱਗਾ ਇਹਦਾ ਮਤਲਬ ਸੂਚਿਤਾ ਅਮਰਪਾਲ ਸਿੰਘ ਨੇ ਹੀ ਕੀਤਾ ਹੋਏਗਾ ਪਰ ਉਸ ਤੋਂ ਬਾਅਦ ਉਹਨੂੰ ਤੁਰੰਤ ਹੀ ਜਿਹੜੀ ਪੁਲਿਸ ਦੇ ਵਾਲਾ ਅਧਿਕਾਰੀ ਆਏ ਸੀ ਆਈ ਜੀ ਸੀ ਇੰਟੈਲੀਜੈਂਸੀ ਦਾ ਐਸ ਐਸ ਪੀ ਅਜਨਾਲਾ ਸੀ ਉਹ ਲੈ ਕੇ ਉਹਨਾਂ ਨੂੰ ਇੱਥੋਂ ਬਠਿੰਡੇ ਲੈ ਗਏ ਬਠਿੰਡੇ ਤੋਂ ਬਾਈ ਏਅਰ ਉਹਨਾਂ ਨੂੰ ਡਿਬਰੂਗੜ੍ਹ ਲਿਜਾਇਆ ਜਾ ਰਿਹਾ ਕੀ ਕਾਰਨ ਕੀ ਦੱਸਿਆ ਜੀ ਕਿਸ ਹਾਲਾਤਾਂ ਦੇ ਵਿੱਚ ਕਾਰਨ ਕੀ ਉਹਨਾਂ ਨੇ ਦੱਸਤੀ ਹੈ ਬਾਕੀ ਦੇ ਸਾਥੀ ਉਹਨਾਂ ਦੇ ਫੜੇ ਹੋਏ ਸੀ ਬਹੁਤ ਸਾਰੇ ਸਾਥੀ ਉਹਨਾਂ ਨੇ ਕਾਰਨ ਤਾਂ ਆਪਣਾ ਆਪ ਹੀ ਦੱਸਿਆ ਹੋਇਆ ਮੈਨੂੰ ਦੱਸਣ ਦੀ ਲੋੜ ਨਹੀਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸੰਬੋਧਨ 'ਚ ਉਹਨਾਂ ਨੇ ਦੱਸਿਆ ਸੰਬੋਧਨ ਤੁਸੀਂ ਆਪ ਦੇਖ ਲਿਓ ਸੰਬੋਧਨ ਤੁਸੀਂ ਉਹਦਾ ਸੰਬੋਧਨ ਚਲਾਇਓ ਕਿਉਂਕਿ ਮੈਂ ਉਹਦੇ ਸੰਬੋਧਨ ਨੂੰ ਕੁਛ ਕਹਾਂ ਤਾਂ ਪੇਸ਼ਕਾਰੀ ਦੇ ਵਿੱਚ ਕੋਈ ਫਰਕ ਰਹਿ ਜਾਏਗਾ ਤੁਸੀਂ ਮੈਂ ਸਾਰਿਆਂ ਨੂੰ ਰਿਲੀਜ਼ ਕੀਤਾ ਤੁਹਾਨੂੰ ਜਿਹਦੇ ਕੋਲ ਹੈ ਨਹੀਂ ਇੱਕ ਦੂਜੇ ਤੋਂ ਲੈ ਲਓ ਉਹਨਾਂ ਦਾ ਸੰਬੋਧਨ ਹੀ ਟੈਲੀਵਿਜ਼ਨ 'ਤੇ ਜਾਰੀ ਕਰੋ ਤਾਂ ਕਿ ਸਪਸ਼ਟ ਹੋ ਜਾਵੇ ਕਿ ਉਹਨਾਂ ਨੇ ਕਿੰਨਾ ਹਾਲਾਤਾਂ ਦੇ ਵਿੱਚ ਗ੍ਰਿਫਤਾਰੀ ਦਿੱਤੀ ਹੈ ਅਤੇ ਕਿਸ ਢੰਗ ਨਾਲ ਦਿੱਤੀ ਹੈ ਸਾਰੇ ਸ਼ੰਕਾ ਸੰਗਤਾਂ ਦੇ ਦੂਰ ਹੋ ਜਾਏ ਸਾਹਿਬ ਤੁਹਾਨੂੰ ਕਿੰਨੇ ਵਜੇ ਪਤਾ ਲੱਗ ਗਿਆ ਸੀ ਜਿਹੜਾ ਮੈਨੂੰ ਰਾਤ ਲੱਗ 12:30 ਵਜੇ ਮੈਨੂੰ ਪਤਾ ਲੱਗਾ ਮੈਂ ਉੱਥੇ ਚੱਲਿਆ ਮੈਂ 4 ਵਜੇ ਪਹੁੰਚ ਗਿਆ ਸੀ ਰਾਤ ਹੀ ਆ ਗਏ ਸੀ ਇੱਥੇ ਜੀ ਮੈਂ 4 ਵਜੇ ਪਹੁੰਚ ਗਿਆ ਰਾਤ ਭਾਈ ਸਾਹਿਬ ਇੱਥੇ ਮੇਰੇ ਆਉਣ ਤੋਂ ਪਹਿਲਾਂ ਆਏ ਹੋਏ ਸੀ 4 ਵਜੇ ਪਹਿਲਾਂ ਵੀ ਆਏ ਹੋਏ ਸੀ ਗੁਰਦੁਆਰਾ ਸਾਹਿਬ ਵੀ ਠਹਿਰੇ ਸੀ ਗੁਰਦੁਆਰਾ ਸਾਹਿਬ ਜੀ ਜਦੋਂ ਸੈਂਟਰ ਕੀਤਾ ਤੁਹਾਡੀ ਤੁਸੀਂ ਉੱਥੇ ਹਾਜ਼ਰ ਸੀ ਮੈਂ ਹਾਜ਼ਰ ਸੀ ਸਰ ਹੋਰ ਕੀ ਗੱਲਬਾਤ ਹੋਈ ਹੈ ਤੁਹਾਡੀ ਅਮਰਪਾਲ ਜੀ ਉਹ ਆਪ ਦੱਸ ਦੇਣਗੇ ਉਹ ਤਾਂ ਆਪਣੀ ਕਲੀਅਰ ਉਹਦੇ ਵਿੱਚ ਵੀਡੀਓ ਦੇ ਵਿੱਚ ਕਲੀਅਰ ਕੀਤਾ ਉਹਨਾਂ ਨੇ ਉਹਨਾਂ ਨੇ 5-7 ਮਿੰਟ ਲਾਏ ਆ ਉਹ ਤੁਸੀਂ ਚਲਾਇਓ ਤਾਂ ਕਿ ਸੰਗਤਾਂ ਨੂੰ ਸਹੀ ਪਿਕਚਰ ਸਾਹਮਣੇ ਆ ਜਾਏ ਤੁਹਾਡੀ ਕੋਈ ਗੱਲਬਾਤ ਵਾਹਿਗੁਰੂ ਜੀ